ਮਿਹਰਬਾਨ ਜਨੇਦ ਬਾਦਸ਼ਾਹ ਬਗਦਾਦ ਦੇ ਵਿੱਚ ਹੋਇਆ, ਉਹਦਾ ਇੱਕ ਲੜਕਾ ਦਾਊਦ ਸੀਗਾ, ਮਿਸਰ ਦੇ ਵਿੱਚ ਦਾਊਦ ਮੰਗਿਆ ਸੀਗਾ। ਕੋਈ ਦਿਨ ਐਸਾ ਹੋਇਆ ਜਨੇਦ ਬਾਦਸ਼ਾਹ ਦੁਨੀਆ ਤੋਂ ਸਫ਼ਰ ਕਰ ਗਿਆ। ਜਨਾਬ ਅਲੀ ਪੀਰ ਮੌਲਾ ਅਲੀ ਮੁਸ਼ਕਿਲ ਕੁਸ਼ਾ, ਜਨਾਬ ਰਸੂਲ ਕਰੀਮ ਇਹਨਾਂ ਦੇ ਜਨਾਜ਼ੇ ਦੇ ਨਾਲ ਸ਼ਾਮਿਲ ਹੋਏ। ਉਸੇ ਵੇਲੇ ਸ਼ਾਹ ਜਨੇਦ ਨੂੰ ਕਫਨ ਦਫਨ ਕਰਕੇ ਦਾਊਦ ਨੂੰ ਤਖ਼ਤ ਦੇ ਉੱਤੇ ਬਿਠਾਲ ਕੇ ਪਿੱਛੇ ਨੂੰ ਚਲੇ ਗਿਆ, ਮਦੀਨੇ ਸ਼ਰੀਫ ਨੂੰ ਆ ਗਿਆ। ਚੌਧਰੀ ਸਾਹਿਬ ਜਦੋਂ 6-7 ਮਹੀਨੇ ਗੁਜ਼ਰੇ, ਜਿਹੜੇ ਦਾਊਦ ਦੇ ਤਾਏ ਚਾਚੇ ਸੀਗੇ, ਸ਼ਰੀਕ ਸੀਗੇ, ਧੱਕੇ ਮਾਰ ਕੇ ਤਖ਼ਤ ਦੇ ਉੱਤੋਂ ਲਾ ਦਿੱਤਾ। ਉਸੇ ਵੇਲੇ ਦਾਊਦ ਦੀ ਮਾਂ ਨੂੰ ਵੀ ਮਹਿਲਾਂ ਤੇ ਬਾਹਰ ਕੱਢ ਦਿੱਤਾ। ਹੁਣ ਮਾਂ ਤੇ ਪੁੱਤਰ ਦਰ ਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਆ। ਉਹ ਜਿਹੜਾ ਮਿਸਰ ਦਾ ਬਾਦਸ਼ਾਹ ਸੀਗਾ, ਜਿੱਥੇ ਦਾਊਦ ਦੀ ਮੰਗਣੀ ਕੀਤੀ ਸੀਗੀ, ਉਹਨੇ ਵੀ ਦਾਊਦ ਨੂੰ ਲੜਕੀ ਤੋਂ ਜਵਾਬ ਦਿੱਤਾ। ਆਪਣੀ ਲੜਕੀ ਉਹਨੇ ਰੂਮ ਦੇ ਵਿੱਚ ਅਹਿਮਦ ਬਾਦਸ਼ਾਹ ਨੂੰ ਮੰਗ ਦਿੱਤੀ। ਉਧਰ ਹੁਣ ਸ਼ਰੀਕ ਦਾਊਦ ਨੂੰ ਤਾਨੇ ਮਾਰਦੇ ਆ ਵੀ ਤੇਰੀ ਮੰਗ, ਉਹ ਜਿਹੜਾ ਰੂਮ ਦਾ ਬਾਦਸ਼ਾਹ ਉਹਨੇ ਵਿਆਹ ਕੇ ਲੈ ਜਾਣੀਆਂ। ਚੌਧਰੀ ਸਾਹਿਬ ਤਾਨਾ ਖਾ ਕੇ ਕਿੱਥੇ, ਉਸੇ ਵੇਲੇ ਦਾਊਦ ਆ ਗਿਆ, ਆਪਣੀ ਅੰਮਾ ਦੇ ਕੋਲ ਆ ਗਿਆ। ਅੰਮਾ ਮੈਨੂੰ ਇਸ ਤਰ੍ਹਾਂ ਦੁਨੀਆ ਤਾਨੇ ਮਾਰਦੀ ਆ। ਉਹ ਕਹਿੰਦੀ ਪੁੱਤਰ ਹੁਣ ਆਪਾਂ ਕੀ ਕਰ ਸਕਦੇ ਹਾਂ, ਇਸ ਤਰ੍ਹਾਂ ਕਰ, ਮਦੀਨੇ ਸ਼ਰੀਫ ਨੂੰ ਤੂੰ ਚਲੇ ਜਾ, ਪੀਰ ਮੌਲਾ ਅਲੀ ਮੁਸ਼ਕਿਲ ਕੁਸ਼ਾ ਦੇ ਅੱਗੇ, ਜਨਾਬ ਰਸੂਲ ਕਰੀਮ ਦੇ ਅੱਗੇ ਆਪਣੀ ਜਾ ਕੇ ਤੂੰ ਅਰਜ਼ ਪੇਸ਼ ਕਰੀ, ਜਿਵੇਂ ਕਹਿਣਗੇ ਉਸੇ ਤਰ੍ਹਾਂ ਪੁੱਤਰ ਤੂੰ ਕਰ ਲਈ। ਹੋਰ ਆਪਾਂ ਹੁਣ ਕੀ ਇੱਥੇ ਆਖਣ ਲੱਗੀ ਵੀ ਕਰ ਸਕਦੇ ਹਾਂ। ਚੌਧਰੀ ਸਾਹਿਬ ਹੋ ਕੇ ਘੋੜੇ ਦਾ ਸਵਾਰ, ਪਹਿਲੇ ਤੇ ਲੜਕਾ ਕਿੱਥੇ ਚਲ ਗਿਆ, ਆਪਣੇ ਬਾਪ ਦੀ ਕਬਰ ਦੇ ਉੱਤੇ ਦੁਆ ਫਾਤਿਹਾ ਜਾ ਕੇ ਮੰਗਦਾ। ਉਧਰ ਪੀਰ ਮੌਲਾ ਅਲੀ ਮੁਸ਼ਕਿਲ ਕੁਸ਼ਾ ਨੂੰ ਵੀ ਪਤਾ ਲੱਗ ਗਿਆ, ਜਨਾਬ ਰਸੂਲ ਕਰੀਮ ਨੂੰ ਵੀ ਪਤਾ ਲੱਗ ਗਿਆ ਵੀ ਲੜਕਾ ਤਖ਼ਤ ਦੇ ਉੱਤੋਂ ਲਾ ਦਿੱਤਾ। ਮੰਗਣੀ ਤੋਂ ਮਿਸਰ ਵਾਲੇ ਬਾਦਸ਼ਾਹ ਨੇ ਜਵਾਬ ਦਿੱਤਾ। ਉਸੇ ਵੇਲੇ ਜਨਾਬ ਰਸੂਲ ਕਰੀਮ ਨੇ ਪੀਰ ਮੌਲਾ ਅਲੀ ਨੂੰ ਮੁਸ਼ਕਿਲ ਕੁਸ਼ਾ ਨੂੰ ਕਿਹਾ ਵੀ ਇਸ ਤਰ੍ਹਾਂ ਕਰੋ, ਤੁਸੀਂ ਜਾਓ ਉਸ ਲੜਕੇ ਦੀ ਮਦਦ ਵਾਸਤੇ ਜਾਓ, ਪਹਿਲੇ ਤਾਂ ਉਹਦੀ ਮੰਗਣੀ ਵਿਆਹ ਕੇ ਦਿਓ, ਫਿਰ ਉਹਨੂੰ ਤਖ਼ਤ ਦਵਾ ਕੇ ਦਿਓ। ਇਹ ਵੀ ਘੋੜੇ ਦੇ ਅਸਵਾਰ ਹੋ ਕੇ ਤੁਰਦੇ ਆ। ਉਧਰੋਂ ਲੜਕਾ ਆਪਣੇ ਬਾਪ ਦੇ ਕਬਰ ਦੇ ਉੱਤੋਂ ਦੁਆ ਫਾਤਿਹਾ ਮੰਗ ਕੇ ਤੁਰਦਾ ਭਰਾ ਵੀ, ਉਸੇ ਵੇਲੇ ਦੋਨਾਂ ਦਾ ਆ ਕੇ ਇੱਕ ਮੇਲ ਹੁੰਦਾ, ਦਾਊਦ ਦਾ ਤੇ ਪੀਰ ਮੌਲਾ ਅਲੀ ਦਾ ਕਿਸ ਤਰ੍ਹਾਂ ਆ ਕੇ ਮੇਲ ਹੁੰਦਾ। ਲੜ
ਮੌਲਾ ਅਲੀ ਨੇ ਆਖਿਆ, ਲੜਕਿਆ ਮੇਰਾ ਨਾਂ ਹਜ਼ਰਤ ਅਲੀ ਆ, ਮੈਂ ਤੇਰੇ ਨਾਲ ਚੱਲੂਗਾ। ਉਹ ਆਖਣ ਲੱਗਾ, ਲੜਕਾ ਯਾ ਸਰਕਾਰ, ਉੱਥੇ ਤਾਂ ਰੂਮ ਦੀ ਜੰਜ ਟੁਕਣੀਆਂ ਨਾਲ 9 ਲੱਖ ਫੌਜ ਹੋਣੀਆਂ, ਆਪਾਂ 2 ਜਣੇ ਕੀ ਕਰਾਂਗੇ। ਮੈਂ ਤਾਂ ਪਾਕ ਰਸੂਲ ਦੇ ਅੱਗੇ ਜਾ ਕੇ ਅਰਜ਼ ਕਰੂੰਗਾ। ਉੱਥੋਂ ਜਨਾਬ ਕਹਿਣ ਲੱਗਾ, ਫੌਜਾਂ ਆਪਣੇ ਨਾਲ ਆਉਣਗੀਆਂ। ਹਜ਼ਰਤ ਪੀਰ ਮੌਲਾ ਅਲੀ ਉਸ ਲੜਕੇ ਦੇ ਨਾਲ ਇੱਕ ਮੋੜ ਕੇ ਕੈਸਾ ਜਵਾਬ ਕਰਕੇ ਦੱਸਦੇ ਆ। ਲੜਕਾ
ਮੌਲਾ ਅਲੀ ਜਦੋਂ ਬਾਗ ਦੇ ਵਿੱਚ ਚਲੇਗਾ, ਬਾਗ ਕਿਹੜਾ ਸੀਗਾ? ਬੇਗਮ ਦਾ ਸੀਗਾ ਉਹ ਬਾਗ, ਮਾਲਣ ਵੀ ਬੇਗਮ ਦੀ ਸੀਗੀ। ਉਸੇ ਵੇਲੇ ਜਦੋਂ ਬਾਗ ਦੇ ਵਿੱਚ ਦਾਖਲ ਹੋ ਗਿਆ, ਦੁਪਹਿਰ ਦਾ ਟਾਈਮ ਸੀਗਾ, ਪੀਰ ਮੌਲਾ ਅਲੀ ਨੂੰ ਮਾਲਣ ਪੁੱਛਦੀ ਆ, ਯਾ ਹਜ਼ਰਤ, ਉਸੇ ਵੇਲੇ ਕਹਿਣ ਲੱਗੀ ਪਈ, ਦੁਪਹਿਰ ਦਾ ਵਕਤ ਆ, ਕਿਸ ਜਗ੍ਹਾ ਤੋਂ ਆਇਆ, ਕੌਣ ਹੈ ਤੁਸੀਂ? ਇੱਕ ਪੀਰ ਮੌਲਾ ਅਲੀ ਮਾਲਣ ਦੇ ਨਾਲ ਕਿਹੜਾ ਜਵਾਬ ਕਰਦੇ ਆ, ਤੇ ਮਾਲਣ ਪੀਰ ਮੌਲਾ ਅਲੀ ਦੇ ਨਾਲ ਕਿਹੜਾ ਜਵਾਬ ਕਰਦੀ ਆ? Thank you.
ਮਿਹਰਬਾਨ ਮਾਲ ਨੇ ਜਦੋਂ ਪੁੱਛਿਆ ਪੀਰ ਮੌਲਾ ਅਲੀ ਨੂੰ ਤੇ ਉਹਨਾਂ ਨੇ ਆਖਿਆ ਵੀ ਇਸ ਲੜਕੇ ਦਾ ਵਿਆਹ ਆ, ਇਸ ਬਾਦਸ਼ਾਹ ਨੇ ਜਿਹੜਾ ਇੱਥੇ ਦਾ ਮਿਸਰ ਦਾ ਬਾਦਸ਼ਾਹ ਇਹਨੇ ਜ਼ੁਲਮ ਕੀਤਾ ਇਹਦੀ ਮੰਗਣੀ ਖੋ ਕੇ, ਉਹਨੇ ਆਖਿਆ ਵੀ ਰੂਮ ਦੇ ਵਿੱਚ ਕਰ ਦਿੱਤੀ, ਅਸੀਂ ਇਸ ਲੜਕੇ ਨੂੰ ਵਿਆਹਣ ਵਾਸਤੇ ਆਇਆ, ਤੂੰ ਕਿਤੇ ਬੇਗਮ ਨੂੰ ਇੱਕ ਵਾਰੀ ਬਾਗ ਦੇ ਵਿੱਚ ਲਿਆਵੇਂ, ਫਿਰ ਮੇਰਾ ਨਾਂ ਪੀਰ ਮੌਲਾ ਅਲੀ ਆ, ਮੈਂ ਉਹਨਾਂ ਨੂੰ ਦਿੰਦਾ ਹੀ ਨਹੀਂ। ਉਹ ਮਾਲਣ ਕਹਿੰਦੀ ਯਾ ਹਜ਼ਰਤ ਮੈਂ ਤਾਂ ਗਰੀਬਣੀ ਆ, ਮੈਂ ਕੀ ਕਰ ਸਕਦੀ ਹਾਂ। ਉਸ ਵੇਲੇ ਹਜ਼ਰਤ ਅਲੀ ਸ਼ਾਹ ਨੇ ਜਿਸ ਵਕਤ ਕੁਰਾਨ ਦੀ ਤਲਾਵਤ ਕੀਤੀ ਤੇ ਮਾਲਣ ਚੌਧਰੀ ਸਾਹਿਬ ਦੁਨੀਆ ਦੇ ਝਗੜੇ ਹੀ ਛੱਡ ਤੁਰੀ, ਪੀਰ ਦੇ ਮਗਰ ਲੱਗ ਤੁਰੀ। ਜਦੋਂ ਉਧਰ ਪੀਰ ਮੌਲਾ ਅਲੀ ਨੇ ਇੱਕ ਮਸਲਾ ਗਿਣ ਕੇ ਦੱਸਿਆ ਤੇ ਮਾਲਣ ਦਾ ਕੰਮ ਕੀ ਹੁੰਦਾ ਸੀਗਾ, ਸ਼ਾਮ ਦੇ ਵਕਤ ਫੁੱਲ ਤੋੜ ਕੇ ਬੇਗਮ ਵਾਸਤੇ 60 ਹਾਰ ਲੈ ਕੇ ਜਾਂਦੀ ਹੁੰਦੀ ਸੀਗੀ, ਸਹੇਲੀਆਂ ਉਹਦੀਆਂ ਬੇਗਮ ਦੀਆਂ 60 ਸੀਗੀਆਂ, ਕਾਟਵਾਂ ਹਾਰ ਜਿਹੜਾ ਹੁੰਦਾ ਸੀਗਾ ਬੇਗਮ ਆਪਣੇ ਗਲ ਦੇ ਵਿੱਚ ਪਹਿਨਦੀ ਹੁੰਦੀ ਸੀਗੀ। ਜਦੋਂ ਮਾਲਣ ਨੇ ਸੁਰਤ ਫੜੀ ਦੇਖਣ ਲੱਗੀ ਉਹ, ਉਹਨੇ ਕਿਹਾ ਮੈਂ ਤਾਂ ਹਾਰ ਪਰੋਣੇ ਸੀਗੇ, ਹੁਣ ਤਾਂ ਜਦੋਂ ਬਾਗ ਦੇ ਵਿੱਚ ਗਈ ਤਾਂ ਫੁੱਲ ਜਿਹੜੇ ਸੀਗੇ ਕਮਲਾ ਗਏ। ਚੌਧਰੀ ਸਾਹਿਬ ਮਾਲਣ ਦਾ ਰੰਗ ਹੋਰ ਹੀ ਤਰ੍ਹਾਂ ਦਾ ਹੋ ਗਿਆ। ਪੀਰ ਮੌਲਾ ਅਲੀ ਨੇ ਆਖਿਆ ਮਾਲਣੇ ਕੀ ਹੋਇਆ? ਕਹਿੰਦੀ ਯਾ ਹਜ਼ਰਤ ਮੇਰੇ ਕੋਲ ਤਾਂ ਜ਼ੁਲਮ ਹੋ ਗਿਆ, ਮੈਨੂੰ ਤਾਂ ਅੱਜ ਬੇਗਮ ਨੇ ਛੱਡਣਾ ਨਹੀਂ। ਪੀਰ ਨੇ ਆਖਿਆ ਵੀ ਕੀ ਹੋ ਕਿਤੇ ਤੋਂ ਗਿਆ? ਕਹਿੰਦੀ ਜੀ ਮੈਂ ਤਾਂ ਫੁੱਲ ਪਰੋ ਕੇ ਲੈ ਕੇ ਜਾਣੇ ਸੀਗੇ, ਹਾਰ ਮੈਂ ਤਾਂ ਬੇਗਮ ਵਾਸਤੇ ਲੈ ਕੇ ਜਾਣੇ ਸੀਗੇ। ਕਹਿੰਦਾ ਮਾਲਣੇ ਹੁਣ ਕੀ ਹੋਇਆ? ਕਹਿੰਦੀ ਜੀ ਫੁੱਲ ਤਾਂ ਸਾਰੇ ਹੀ ਸੁੱਕ ਗਏ। ਉਸ ਵੇਲੇ ਪੀਰ ਮੌਲਾ ਅਲੀ ਨੇ ਆਖਿਆ ਵੀ ਆ ਲੈ ਤੂੰ ਸਾਡਾ ਆਸਾ ਲੈ ਜਾ, ਇੱਕ ਤੂੰ ਸਾਡਾ ਰੁਮਾਲ ਲੈ ਜਾ, ਕਿਸੇ ਬੂਟੇ ਦੇ ਹੇਠ ਵਿਛਾ ਦੀ, ਆਸਾ ਸਾਡਾ ਬੂਟੇ ਨੂੰ ਲਾ ਦੇ, ਜਦ ਫੁੱਲ ਟੁੱਟਣਗੇ ਫੁੱਲ ਲੈ ਕੇ ਛੇਤੀ ਮੁੜ ਕੇ ਆ ਜੀ। ਚੌਧਰੀ ਸਾਹਿਬ ਮਾਲਣ ਜਿਹੜੀ ਸੀਗੀ ਲੈ ਕੇ ਚਲੇ ਗਈ। ਉਸ ਵੇਲੇ ਬਾਗ ਦੇ ਵਿੱਚ ਜਦੋਂ ਜਾਬੜੀ ਇੱਕ ਸੁੱਕਾ ਜਿਹਾ ਬੂਟਾ ਦੇਖ ਕੇ ਪੀਰਾਂ ਦੀ ਅਜ਼ਮਾਇਸ਼ ਲੱਗੀ ਕਰਨ, ਜਦੋਂ ਪੀਰ ਦਾ ਆਸਾ ਲਾਇਆ ਤੇ ਉਹ ਫੁੱਲ ਮਾਲਣ ਨੇ ਦੇਖੇ ਕਿਹੜੇ ਕਦੇ ਉਹਨੇ ਖੁਆਬ ਵਿੱਚ ਵੀ ਨਹੀਂ ਸੀਗੇ ਦੇਖੇ। ਉਸ ਵੇਲੇ ਫੁੱਲ ਜਦੋਂ ਇਕੱਠੇ ਹੋ ਗਏ, ਰੁਮਾਲ ਉਹਨੇ ਮਾਲਣ ਨੇ ਚੁੱਕ ਲਿਆ, ਗੱਠੜੀ ਬੰਨ ਕੇ ਲੈ ਕੇ ਆ ਗਈ। ਹੁਣ ਜਦੋਂ ਹਾਰ ਲੱਗੇ ਪਰੋਣ, ਪੀਰ ਮੌਲਾ ਅਲੀ ਨੇ ਆਖਿਆ ਮਾਲਣੇ ਬੇਗਮ ਉਹ ਜਿਹੜਾ ਹਾਰ ਪਹਿਨਦੀ ਹੁੰਦੀ ਆ ਕਿਹੜਾ ਹਾਰ ਹੈ? ਕਹਿੰਦੀ ਯਾ ਹਜ਼ਰਤ 60 ਹਾਰ ਹੁੰਦੇ ਆ ਉੱਪਰਲੇ, ਜਿਹੜਾ ਥੱਲੇ ਦਾ ਹਾਰ ਕਾਟਵਾਂ ਹੁੰਦਾ। ਉਹ ਕਹਿੰਦੀ ਬੇਗਮ ਪਹਿਨਦੀ ਹੁੰਦੀ ਆ। ਪੀਰ ਮੌਲਾ ਅਲੀ ਨੇ ਇੱਕ ਚਿੱਠੀ ਉਹਦੇ ਉੱਤੇ ਲਿਖ ਕੇ ਹਾਰ ਦੇ ਵਿੱਚ ਪਰੋਤੀ, ਲਿਖਿਆ ਕਿ ਚਿੱਠੀ ਦੇ ਉੱਤੇ ਬੇਗਮ ਨੂੰ ਆਖਿਆ ਵੀ ਮੇਰਾ ਨਾਂ ਮੌਲਾ ਅਲੀ ਆ, ਜੇ ਤੂੰ ਹੱਕ ਆਪਣਾ ਨਾਂ ਪਛਾਣਿਆ ਮੈਂ ਤੈਨੂੰ ਦੋਜ਼ਖ ਦੇ ਵਿੱਚ ਸਿੱਟ ਦੂੰ। ਹੁਣ ਚੌਧਰੀ ਸਾਹਿਬ ਉਧਰੋਂ ਤਾਂ ਮਾਲਣ ਲੈ ਕੇ ਫੁੱਲਾਂ ਦੇ ਹਾਰ ਬੇਗਮ ਦੇ ਕੋਲ ਜਾਂਦੀ ਆ ਤੇ ਉਹਨੂੰ ਅੱਗੋਂ ਬੇਗਮ ਕੁੱਟਣ ਪੈਂਦੀ ਆ। ਭਲਾ ਵੇਈ ਕੈਸੇ ਜਵਾਬ ਕਰਦੀ ਆ ਮਾਲਣ? ਬੇਗਮ ਨੇ ਚਿੱਠੀ ਦੇਖੀ ਤਾਂ ਮਾਲਣ ਦੇ ਕੋਲ ਬੇਗਮ ਨੇ ਸਲਾਮ ਭੇਜਿਆ ਤੇ ਮੇਰੇ ਪੀਰ ਨੂੰ ਜਾ ਕੇ ਸਲਾਮ ਕਰੀ, ਮੇਰੇ ਪੀਰ ਦੀ ਖਿਦਮਤ ਕਰੀ। ਉਧਰ ਚੌਧਰੀ ਸਾਹਿਬ ਪੀਰ ਤੇ ਬਾਗ ਦੇ ਵਿੱਚ ਬੈਠੇ ਸੀਗੇ,
ਜਿਹੜਾ ਰੂਮ ਦਾ ਬਾਦਸ਼ਾਹ ਨੇ ਟੁਕਣਾ ਸੀਗਾ, ਇਹ ਵੀ ਜੰਝ ਲੈ ਕੇ ਸ਼ਹਿਰ ਦੇ ਵਿੱਚ ਆ ਗਿਆ ਮਿਸਰ ਦੇ ਵਿੱਚ। ਦਾਊਦ ਲੜਕਾ ਉਸ ਬਾਗ ਦੀ ਦੀਵਾਰ ਦੇ ਉੱਤੇ ਬੈਠ ਕੇ ਦੇਖਣ ਲੱਗਾ ਉਧਰ ਕੀ ਹੋ ਰਿਹਾ, ਖੁਸ਼ੀਆਂ ਹੋ ਰਹੀਆਂ। ਉਸ ਵੇਲੇ ਬਾਦਸ਼ਾਹ ਦਾ ਟੁਕਣਾ ਕੋਈ ਥੋੜੀ ਜਿਹੀ ਚੀਜ਼ ਨਹੀਂ। ਲੜਕੇ ਨੇ ਜਦੋਂ ਜੰਝ ਦੇਖੀ, ਫੌਜ ਦੇਖੀ ਬਾਦਸ਼ਾਹ ਦੀ, ਉੱਥੇ ਲੜਕਾ ਜ਼ਾਰ ਪੁਰਜ਼ਾਰ ਬੈਠਾ ਤਾਹਾਂ ਮਾਰਦਾ, ਕੀ ਸੋਚਦਾ ਕਿ ਯਾ ਮਾਲਕਾ ਜੇ ਕਿਤੇ ਮੇਰਾ ਬਾਪ ਹੁੰਦਾ ਇਸੇ ਤਰ੍ਹਾਂ ਮੈਨੂੰ ਵੀ ਉਹ ਅੱਜ ਇੱਥੇ ਵਿਆਹਣ ਵਾਸਤੇ ਆਉਂਦਾ। ਇੱਕ ਲੜਕਾ ਆਪਣੇ ਬਾਪ ਨੂੰ ਯਾਦ ਕਰਕੇ ਪੀਰ ਮੌਲਾ ਅਲੀ ਦੇ ਕੋਲ ਆ ਕੇ ਇੱਕ ਤਾਹਾਂ ਮਾਰ ਕੇ ਜਵਾਬ ਕਰਦਾ, ਭਲਾ ਬਈ ਕੈਸੇ ਪ੍ਰਲਾਪ ਕਰਦਾ। ਓਏ
ਨਜੂਮੀ ਨੂੰ ਬਾਦਸ਼ਾਹ ਨੇ ਪੁੱਛਿਆ ਕਿ ਮੈਂ ਤੈਨੂੰ ਕੁਛ ਨਹੀਂ ਆਖਦਾ, ਉਹ ਮੈਨੂੰ ਦੋ ਬੰਦੇ ਦੱਸ ਕਿਹੜੇ ਮੌਕਿਆਂ 'ਤੇ ਦੱਸੇ ਸੀਗੇ ਜਦੋਂ ਰੂਮ ਦਾ ਬਾਦਸ਼ਾਹ ਜੰਜ ਲੈ ਕੇ ਚੜ੍ਹਿਆ ਸੀਗਾ ਰੂਮ ਦੇ ਵਿੱਚੋਂ। ਨਜੂਮੀ ਨੂੰ ਪੁੱਛਿਆ ਸੀਗਾ ਕਿ ਐ ਨਜੂਮੀਆਂ, ਅੱਜ ਕੋਈ ਮੇਰੇ ਮੁਕਾਬਲੇ 'ਚ ਆ ਸਕਦਾ? ਸੱਤਾਂ ਬਾਦਸ਼ਾਹੀਆਂ ਦੀ ਫੌਜ ਮੇਰੇ ਨਾਲ ਜਾ ਰਹੀ ਆ। ਨਜੂਮੀ ਨੇ ਹਿਸਾਬ ਲਾ ਕੇ ਦੱਸਿਆ, ਉਹ ਆਖਣ ਲੱਗਾ ਬਾਦਸ਼ਾਹ ਸਲਾਮਤ, ਸੱਤੋ ਦੂਣੀ 14 ਬਾਦਸ਼ਾਹੀਆਂ ਦੀ ਫੌਜ ਇਕੱਠੀ ਕਰਕੇ ਲੈ ਜਾ, ਪਰ ਬੇਗਮ ਦੋ ਬੰਦਿਆਂ ਨੇ ਵਿਆਹ ਕੇ ਲੈ ਜਾਣੀਆਂ। ਬਾਦਸ਼ਾਹ ਨੇ ਉਹਦੇ ਹੱਥੀ ਥੋੜੀਆਂ ਪੈਰੀ ਬੇੜੀਆਂ ਪਾ ਕੇ ਉਸੇ ਤਰ੍ਹਾਂ ਬੰਨ ਕੇ ਸਿੱਟ ਲਿਆ, ਵੀ ਉਦੋਂ ਮੈਂ ਤੈਨੂੰ ਛੱਡੂੰਗਾ ਜਦ ਮੈਂ ਮਿਸਰ ਦੇ ਵਿੱਚੋਂ ਖਾਲੀ ਆਊਂਗਾ ਮੁੜ ਕੇ। ਚੌਧਰੀ ਸਾਹਿਬ ਜਦੋਂ ਉਧਰੋਂ ਬਾਦਸ਼ਾਹ ਦੀ ਜੰਜ ਜਾ ਕੇ ਬੈਠ ਗਈ, ਨਜੂਮੀ ਨੂੰ ਫਿਰ ਪੁੱਛਿਆ ਸੀਗਾ ਵੀ ਦੱਸ ਤਾ ਵੀ ਉਹ ਦੋ ਬੰਦੇ ਕਿੱਥੇ ਆ, ਜੇ ਤੂੰ ਹੁਣ ਮੈਨੂੰ ਸੱਚ ਦੱਸ ਦੇਂਗਾ ਮੈਂ ਤੇਰੀ ਜਾਨ ਬਖਸ਼ੀ। ਹੁਣ ਉਸੇ ਵੇਲੇ ਨਜੂਮੀ ਹਿਸਾਬ ਲਾ ਕੇ ਇੱਕ ਲੜਕੇ ਦਾ ਪਤਾ ਦੱਸਦਾ, ਭਲਾ ਵੇਈ ਕੈਸੇ ਜਵਾਬ ਕਰਕੇ ਦੱਸਦਾ। Thank you.
ਜਨਾਬਿਆਂ ਲਈ ਸ਼ਾਹ ਦਾਊਦ ਨੇ ਜਦੋਂ ਤਾਨਾ ਮਾਰਿਆ ਤੇ ਬਾਦਸ਼ਾਹ ਸਲਾਮਤ ਜੋ ਤੇਰੀ ਮਰਜ਼ੀ ਕਰ ਲਾ ਮੈਂ ਆਪਣੇ ਨਾਲ ਦਾ ਵੀ ਨਹੀਂ ਦੱਸਣਾ ਪਰ ਇੱਕ ਗੱਲ ਯਾਦ ਰੱਖ ਲਈ ਜੇ ਮੈਨੂੰ ਹੱਥ ਲਾਇਆ ਤਾਂ ਮੇਰਾ ਪੀਰ ਪਿੱਛੇ ਕੰਮ ਲਿਆ ਤੇ ਉਸੇ ਵੇਲੇ ਬਾਦਸ਼ਾਹ ਦੇ ਪੰਜੀ ਕੱਪੜੀ ਅੱਗ ਲੱਗ ਗਈ ਕਹਿੰਦਾ ਲੜਕਿਆ ਇਹ ਤੂੰ ਮੈਨੂੰ ਕੈਸਾ ਤਾਨਾ ਮਾਰਿਆ ਮੈਂ ਤੈਨੂੰ ਕਤਲ ਕਰਾ ਦੂੰ ਕਤਲ ਕਰਾਉਣ ਦਾ ਆਰਡਰ ਦੇ ਦਿੱਤਾ ਜਨਾਬੇ ਅਲੀ ਇਬਰਾਹਿਮ ਵਜ਼ੀਰ ਸੀਗਾ ਇੱਕ ਉਹ ਸੀਗਾ ਸ਼ਾਹ ਜਨੇਜ ਦਾ ਧਰਮ ਦਾ ਭਾਈ ਇਸ ਮਿਸਰ ਦੇ ਵਿੱਚ ਆ ਕੇ ਬਜ਼ਾਰਤ ਕਰਦਾ ਹੁੰਦਾ ਸੀਗਾ ਉਹਨੇ ਸਿਆਣ ਲਿਆ ਲੜਕਾ ਵੀ ਇਹ ਤਾਂ ਮੇਰੇ ਭਾਈ ਦਾ ਲੜਕਾ ਉਹ ਆਖਣ ਲੱਗਾ ਬਾਦਸ਼ਾਹ ਸਲਾਮਤ ਕਤਲੇ ਨੂੰ ਕਿਉਂ ਤੂੰ ਕਿਸ ਵਾਸਤੇ ਇਹਨੂੰ ਤੂੰ ਲੱਗਾ ਕਰਾਉਣ ਇਹਨੇ ਕੋਈ ਕਤਲ ਕੀਤਾ ਅਗਰ ਇਹਨੂੰ ਤੂੰ ਕਤਲ ਕਰਾਵੇਂਗਾ ਮੈਂ ਤੇਰੇ ਮੁਕਾਬਲੇ ਦੇ ਵਿੱਚ ਆਊਂਗਾ ਇੱਕ ਚੌਧਰੀ ਸਾਹਿਬ ਬਾਦਸ਼ਾਹ ਤੇ ਉਹ ਜਿਹੜਾ ਵਜ਼ੀਰ ਸੀਗਾ ਇਬਰਾਹਿਮ ਇੱਕ ਦੋਨਾਂ ਦੇ ਜਵਾਬ ਸਵਾਲ ਹੁੰਦੇ ਆ ਕੈਸੇ ਜਵਾਬ ਕਰਦੇ ਆ Thank you.
ਸਾਹਿਬਾਨ, ਜਦੋਂ ਵਜ਼ੀਰ ਨੇ ਜਵਾਬ ਕੀਤਾ, ਉਸੇ ਵੇਲੇ ਫੌਜ ਦੇ ਵਿੱਚ ਜਾ ਵੜਿਆ, ਅੱਧੀ ਫੌਜ ਆਪਣੇ ਮਗਰ ਉਹਨੇ ਲਾ ਲਈ। ਜੰਗ ਹੋਇਆ ਬਹੁਤ ਕਹਿਰ ਦਾ, ਬਹੁਤ ਦੁਨੀਆ ਉਸ ਮੈਦਾਨ ਦੇ ਵਿੱਚ ਮਰੀ। ਆਖਿਰਕਾਰ ਬਾਦਸ਼ਾਹ ਨੇ ਕਿਹਾ ਵੀ ਇਸ ਤਰ੍ਹਾਂ ਤਾਂ ਕੰਮ ਸੂਤ ਨਹੀਂ ਆਉਣਾ। ਵਜ਼ੀਰ ਦਾ ਫੈਸਲਾ ਸੀਗਾ ਕਿ ਬਾਦਸ਼ਾਹ ਕਤਲ ਨਾ ਇਸ ਨੂੰ ਕਰਾ, ਇਸ ਨੂੰ ਉਮਰ ਦਾ ਕੈਦੀ ਤੂੰ ਕਰ ਲਾ। ਉਹਨੇ ਕਿਹਾ ਅੱਛਾ। ਜੰਗ ਜਨਾਬੇ ਅਲੀ ਬੰਦ ਹੋ ਗਿਆ, ਆਖਿਰ ਬਾਦਸ਼ਾਹ ਦੇ ਦਿਲ ਦੇ ਵਿੱਚ ਵਧੀ ਸੀਗੀ। ਫਿਰ ਕੀ ਕੀਤਾ, ਦਾਊਦ ਨੂੰ ਪੂਰੇ ਦੀ ਗੰਢ ਬੰਨ ਕੇ ਦਾਊਦ ਨੂੰ ਇੱਕ ਖੂਹ ਦੇ ਵਿੱਚ ਲਿਜਾ ਕੇ ਸਿੱਟ ਦਿੱਤਾ। 125,000 ਮਣ ਦਾ ਪੱਥਰ ਸਾਰੀ ਫੌਜ ਨੇ ਚੱਕਿਆ, ਉਸ ਖੂਹ ਦੇ ਉੱਤੇ ਰੱਖ ਦਿੱਤਾ। ਸੋਚਿਆ ਕੀ ਕਿ ਨਾ ਇਸ ਦੇ ਉੱਤੋਂ ਕੋਈ ਪੱਥਰ ਚੱਕੇ, ਨਾ ਇਹਨੂੰ ਕੱਢੇ, ਆਪ ਹੀ ਇਹਨੇ ਮਰ ਜਾਣਾ ਵਿੱਚ। ਉਹ ਜਿਹੜੀ ਬੇਗਮ ਦੀ ਮਾਲਣ ਸੀਗੀ, ਉਹ ਉਸ ਮੌਕਿਆਂ ਦੇ ਉੱਤੇ ਖਲੋਤੀ ਸੀਗੀ। ਜਦ ਦੇਖਿਆ ਕਹਿਰ ਹੋਇਆ, ਭੱਜੀ ਭੱਜੀ ਬੇਗਮ ਦੇ ਕੋਲ ਜਾ ਕੇ ਦੱਸਦੀ ਆ ਵੀ ਤੂੰ ਤਾਂ ਇੱਧਰ ਖੁਸ਼ੀਆਂ ਕਰਦੀਆਂ, ਤੇਰੇ ਵਾਲਾ ਤਾਂ ਪ੍ਰਾਹੁਣਾ ਅੱਜ ਦੁਨੀਆਂ ਤੋਂ ਤੁਰਿਆ ਜਾਂਦਾ, ਇੱਕ ਮਾਲਣ ਦੇ ਨਾਲ ਬੇਗਮ ਕਿਹੜੇ ਜਵਾਬ ਕਰਕੇ ਦੱਸਦੀ ਆ। ਮਾਨੇ
ਮਿਹਰਬਾਨ ਮੱਲ ਨੇ ਜਦੋਂ ਜਾ ਕੇ ਬੇਗਮ ਨੂੰ ਦੱਸਿਆ ਵੀ ਤੇਰੇ ਵਾਲਾ ਤਾਂ ਪ੍ਰਾਹੁਣਾ ਅੱਜ ਖੂਨੀ ਖੂਹ ਦੇ ਵਿੱਚ ਸਿੱਟ ਦਿੱਤਾ, ਬੇਗਮ ਉਸੇ ਵੇਲੇ ਹਾਲ ਦੁਆਈਆਂ ਕਰਦੀ ਆ, ਜਨਾਬੇ ਅਲੀ ਕੀ ਕਰ ਸਕਦੀ ਸੀਗੀ, ਜਨਾਨੀ ਸੀਗੀ। ਆਖਿਰ ਬੇਗਮ ਕਹਿਣ ਲੱਗੀ, ਨੀ ਮਾਲਣੇ ਤੂੰ ਜਾ ਕੇ ਮੇਰੇ ਪੀਰ ਨੂੰ ਦੱਸ ਭਾਈ ਜੀ ਤੁਹਾਡੇ ਨਾਲ ਦੇ ਤਾਂ ਉਹ ਤਾਂ ਖੂਹ ਦੇ ਵਿੱਚ ਸਿੱਟ ਦਿੱਤਾ, ਤੁਹਾਡੇ ਨਾਲ ਦਾ ਮਾਰਿਆ ਗਿਆ, ਹੁਣ ਤੁਸੀਂ ਵੀ ਘਰ ਨੂੰ ਚਲੇ ਜਾਓ, ਤੁਸੀਂ ਮੇਰੇ ਪੀਰ ਨੂੰ ਜਾ ਕੇ ਕਹਿਣ ਲੱਗੀ ਤੂੰ ਤਾਨਾ ਮਾਰੀ। ਉਸ ਵੇਲੇ ਮੱਲ ਨੇ ਜਾ ਕੇ ਦੱਸਿਆ, ਯਾ ਹਜ਼ਰਤ ਜਿਹੜਾ ਤੁਹਾਡੇ ਨਾਲ ਇੱਕ ਲੜਕਾ ਆਇਆ ਸੀਗਾ ਉਹ ਤਾਂ ਬਾਦਸ਼ਾਹ ਨੇ ਅੱਜ ਬਹੁਤ ਕਹਿਰ ਕੀਤਾ, ਉਸ ਲੜਕੇ ਨੂੰ ਖੂਨੀ ਖੂਹ ਦੇ ਵਿੱਚ ਸਿੱਟ ਦਿੱਤਾ, ਯਾ ਹਜ਼ਰਤ ਉਹਦੇ ਉੱਤੇ 125,000 ਮਣ ਦਾ ਪੱਥਰ ਦੇ ਦਿੱਤਾ ਸਾਰੀ ਫੌਜ ਨੇ ਚੱਕ ਕੇ। ਉਸ ਵੇਲੇ ਪੀਰ ਮੌਲਾ ਅਲੀ ਕਹਿਣ ਲੱਗੇ, ਮੱਲ ਨੇ ਉਸ ਖੂਹ ਦਾ ਤੈਨੂੰ ਪਤਾ, ਸਾਨੂੰ ਉੱਥੇ ਨੂੰ ਲੈ ਕੇ ਚੱਲ ਜਿੱਥੇ ਖੂਹ ਆ। ਚੌਧਰੀ ਸਾਹਿਬ ਮਾਲਣ ਉਸੇ ਵੇਲੇ ਪੀਰ ਨੂੰ ਲੈ ਕੇ ਤੁਰ ਪਈ, ਆ ਕੇ ਪੀਰ ਮੌਲਾ ਅਲੀ ਨੇ ਸੱਜੇ ਪੈਰ ਦਾ ਠੁੱਡ ਮਾਰਿਆ, ਉਸ ਮਾਲਣ ਨੇ ਵੀ ਦੇਖਿਆ ਤੇ ਉਹਨੂੰ ਪਤਾ ਨਹੀਂ ਲੱਗਾ ਵੀ ਪੱਥਰ ਗਿਆ ਕਿੱਧਰ ਨੂੰ। ਉਧਰੋਂ ਜਦੋਂ ਪੀਰ ਮੌਲਾ ਅਲੀ ਨੇ ਦਾਊਦ ਲੜਕਾ ਸਹੀ ਸਲਾਮਤ ਖੂਹ ਦੇ ਵਿੱਚੋਂ ਕੱਢ ਕੇ ਬਾਗ ਦੇ ਵਿੱਚ ਲੈ ਗਿਆ ਤੇ ਮਾਲਣ ਨੇ ਸੋਚਿਆ ਵੀ ਇਹ ਤਾਂ ਪੀਰ ਬਹੁਤ ਕਰਨੀ ਵਾਲਾ, ਬੇਗਮ ਦੇ ਕੋਲ ਫੇਰ ਆਉਂਦੀ ਆ ਭੱਜੀ ਭੱਜੀ। ਨਹੀਂ ਮਾਲਣੇ ਜਿਹੜਾ ਪੀਰ ਆਇਆ ਤੇਰੇ ਪ੍ਰਾਹੁਣੇ ਦੇ ਨਾਲ ਉਸ ਨੇ ਆਪਣੇ ਪੈਰ ਦਾ ਠੁੱਡ ਮਾਰਿਆ, ਮੇਰੀਆਂ ਅੱਖਾਂ ਸੜ ਜਾਣ ਜੇ ਮੈਂ ਪੱਥਰ ਕਿਤੇ ਜਾਂਦਾ ਵੀ ਦੇਖਿਆ ਹੋਵੇ। ਬੇਗਮ ਨੇ ਸੋਚਿਆ ਵੀ ਇਹੋ ਜਿਹਾ ਮੇਰਾ ਪੀਰ ਹੋਵੇ, ਇਹੋ ਜਿਹਾ ਮੇਰਾ ਪੀਰ ਕਰਨੀ ਦੇ ਕਰਨ ਵਾਲਾ ਹੋਵੇ। ਮੈਂ ਆਪਣੇ ਘਰ ਦੇ ਵਿੱਚ ਬੈਠੀਆਂ, ਹੁਣ ਮੈਂ ਆਪਣੇ ਜਾਣੇ ਦੀਆਂ ਤਿਆਰੀਆਂ ਕਰਾਂ, ਮੈਂ ਆਪਣੇ ਪੀਰ ਦੇ ਕੋਲ ਚੱਲਾਂ। ਚੌਧਰੀ ਸਾਹਿਬ ਆਪਣੀ ਮਾਂ ਦੇ ਕੋਲ ਆ ਗਈ, ਬੇਗਮ ਨਹੀਂ ਅੰਮਾ ਪੜ ਕੇ ਮੈਨੂੰ ਤੁਸੀਂ ਰੂਮ ਦੀ ਡੋਲੀ ਦੇ ਵਿੱਚ ਪਾ ਦੇਣਾ, ਖਬਰੇ ਮੈਂ ਮੁੜ ਕੇ ਆਉਣਾ, ਖਬਰੇ ਨਹੀਂ ਆਉਣਾ, ਮੈਂ ਆਪਣੇ ਬਾਗ ਦਾ ਜਾਂਦੀ ਵਾਰ ਦਾ ਸੈਰ ਕਰਨਾ ਇੱਕ ਆਪਣੀ ਮਾਂ ਦੇ ਨਾਲ। ਬੇਗਮ ਕੈਸੇ ਜਵਾਬ ਕਰਦੀ ਆ, ਬੈਗ ਨੂੰ ਮਾਰੇ ਆਪ ਦਿਖਾਈ ਤੈਨੂੰ ਆਫਤ ਮਾਰੇ ਜਸਾਡੀ।
ਦੀ ਮਾਂ ਨੇ ਸਾਫ਼ ਇਨਕਾਰ ਕਰ ਦਿੱਤਾ ਵੀ ਮੈਂ ਬਿਲਕੁਲ ਨਹੀਂ ਉਹ ਬਾਗ ਦੇ ਵਿੱਚ ਜਾਣ ਦਊਂਗੀ। ਬੇਗਮ ਨੇ ਕਿਹਾ ਵੀ ਹੁਣ ਮੈਂ ਕਿਸ ਤਰ੍ਹਾਂ ਜਾ ਸਕਦੀ ਹਾਂ, ਫਿਰ ਕਿੱਥੇ ਬੇਗਮ ਚਲੇਗੀ, ਚਾਚੀਆਂ ਤਾਈਆਂ ਦੇ ਕੋਲ ਜਾ ਕੇ ਚਲੇਗੀ। ਉਹ ਆਖਣ ਲੱਗੀ ਮੈਂ ਭਲ ਕੇ ਰੂਮ ਦੀ ਡੋਲੀ ਪੈ ਜਾਣਾ, ਸੈਂ ਕੁਆਂ ਦੀ ਬਾਟ ਆ, ਖਬਰੇ ਰੱਬ ਨੇ ਮੇਲੇ ਕਰਾਉਣੇ ਜਾਂ ਨਹੀਂ ਕਰਾਉਣੇ। ਮੇਰੀ ਅੰਮਾ ਤਾਂ ਮੇਰਾ ਕਹਿਣਾ ਨਹੀਂ ਮੰਨਦੀ, ਤੁਸੀਂ ਆਪਣੀਆਂ ਧੀਆਂ ਪੈਣਾ ਮੇਰੇ ਨਾਲ ਬਾਗ ਨੂੰ ਕਲ ਦਿਓ, ਅਸੀਂ ਆਪਣੇ ਬਾਗ ਦਾ ਸੈਰ ਕਰਕੇ ਹੁਣੇ ਛੇਤੀ ਮੁੜ ਕੇ ਆ ਜਾਵਾਂਗੀਆਂ। ਉਹਨਾਂ ਨੇ ਉਸੇ ਵੇਲੇ ਬੇਗਮ ਦੀ ਮਾਂ ਨੂੰ ਸੱਦਿਆ ਵੀ ਇਹ ਤੇਰੀ ਉਸੇ ਵੇਲੇ ਕਹਿਣ ਲੱਗੀ ਵੀ ਲਾਡਲੀ ਧੀ ਆ, ਇਹਨੇ ਭਲ ਕੇ ਰੂਮ ਦੀ ਡੋਲੀ ਵਿੱਚ ਬਹਿ ਕੇ ਚੱਲ ਜਾਣਾ, ਖਬਰੇ ਫੇਰ ਅੱਲਾ ਨੇ ਕਦੋਂ ਤੁਹਾਡੇ ਮੇਲੇ ਕਰਾਉਣੇ ਆ, ਇਹਨੂੰ ਤੂੰ ਜਾਣ ਦੇ, ਇਹਦਾ ਬਾਗ ਹੱਥੀ ਲਾਇਆ। ਉਸੇ ਵੇਲੇ ਆਪਣੀ ਮਾਂ ਦੇ ਕੋਲੋਂ ਇਜਾਜ਼ਤ ਲੈ ਕੇ ਹੁਣ ਬੇਗਮ ਬਾਗ ਨੂੰ ਜਾਂਦੀ ਆ। ਭਲਾ ਵੀ ਉਸਤਾਦ ਰਹਿਮਿਆ ਜੋੜੀ ਵਾਲਿਆ ਕੈਸੇ ਜਵਾਬ ਕਰਕੇ ਜਾਂਦੀ ਆ। ਗੁਲਾਬ ਦੇ ਸੋਨੇ ਫਿਰ ਗਿਰੀਆਂ, ਸ਼ੀਸ਼ੇ ਪਰੇ ਗੁਲਾਬ ਦੇ।